जगजीत के बलों चलाए जा रहे YouTube चैनल दस्तावेज़ ते ਤੁਹਾਡੇ ਆਪਣੇ ਹੀ ਨਰੰਜਨ ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਦੋਸਤੋ ਇਸ ਚੈਨਲ ਤੇ ਹਰ ਬਹੁਤ ਮਹਾਰ ਵਾਲੇ ਦਿਨ ਆਪਾਂ ਪੰਜਾਬੀ ਸਾਹਿਤ ਦੀ ਕਿਸੇ ਨਵੀਂ ਚੱਪੀ ਪੁਸਤਕ ਬਾਰੇ ਚਰਚਾ ਕਰਦੇ ਹਾਂ ਤੇ ਇਸੇ ਲੜੀ ਨੂੰ ਜਾਰੀ ਰੱਖਦੇ ਹਾਂ ਅੱਜ ਆਪਾਂ ਸਾਡੀ ਪ੍ਰਵਾਸੀ ਕਥਾਕਾਰਾ ਅਮਨ ਗੁਰਲਾਲ ਦੇ ਨਵੇਂ ਕਹਾਣੀ ਸੰਗ੍ਰਹਿ ਬਾਦਾਮੀ ਰੰਗ ਦੇ ਛਿੱਟੇ ਬਾਰੇ ਗੱਲ ਕਰਾਂਗੇ ਦੋਸਤੋ ਅਮਨ ਗੁਰਲਾਲ ਦੇ ਇਸ ਕਹਾਣੀ ਸੰਗ੍ਰਹਿ ਚ ਸ਼ਾਮਲ ਉਸ ਦੀਆਂ 11 ਕਹਾਣੀਆਂ ਮਨੁੱਖ ਨੂੰ ਕੁਦਰਤ ਨਾਲ ਜੋੜਨ ਤੇ ਉਸ ਅੰਦਰਲੀ ਮਾਨਵੀ ਸੰਵੇਦਨਾ ਨੂੰ ਝੋੜਨ ਵਾਲੀਆਂ ਨੇ ਇਹ ਕਹਾਣੀਆਂ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਖੁਲਾਸਾ ਕਰਦੀਆਂ ਨੇ ਕਿ ਅੱਜ ਦਾ ਅਦਰੂਕ ਬਨੁਖ ਪਦਾਰਥਕ ਤਰੱਕੀ ਦੀਆਂ ਸਿਖਰਾਂ ਤੱਕ ਪਹੁੰਚਣ ਦੇ ਸੀਮojੇ ਮੰਤਬ ਬਦਲੇ ਕੁਦਰਤ ਦੇ ਅਸੀਮ ਰੰਗਾਂ ਚ ਰੰਗੀ ਜੀਵਨ ਜਾਂਚ ਤੋਂ ਕਿੰਨਾ ਦੂਰ ਹੋ ਗਿਆ ਕਹਾਣੀਆਂ ਇਹ ਵੀ ਦੱਸਦੀਆਂ ਨੇ ਕਿ ਜੀਵਨ ਦੀ ਕੁਦਰਤੀ ਧਾਰਾ ਨਾਲੋਂ ਟੁੱਟਣ ਦੇ ਨਤੀਜੇ ਵਜੋਂ ਉਸ ਨੂੰ ਕਿਹਾ ਜਈਆਂ ਮਨੋ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਹਾਣੀਕਾਰਾ ਆਪਣੇ ਪਾਤਰਾਂ ਦੇ ਅਵਚੇਤਨ ਚ ਪਈਆਂ ਕੁਦਰਤੀ ਅਪத்ਿਰਤੀਆਂ ਤੇ ਸੁਪਨਿਆਂ ਨਾਲ ਅੰਤਰ ਸਬੰਧਤ ਮਾਨਸਿਕ ਗੰਢਾਂ ਖੋਲਦੀ ਹੈ ਤਾਂ ਕਹਾਣੀਆਂ ਦਾ ਪਾਠਕ ਥੋੜਾ ਪਰੇਸ਼ਾਨ ਵੀ ਹੁੰਦਾ ਹੈ ਤੇ ਆਪਣੀ ਜੀਵਨ ਜਾਂਚ ਦੀ ਨਵੇਂ ਸਿਰੇ ਤੋਂ ਵਿਆਉਂਤਬੰਦੀ ਕਰਨ ਬਾਰੇ ਵੀ ਸੋਚਦਾ ਹੈ ਅੰਬਰ ਤੇ ਧਰਤੀ ਵਿਚਲੇ ਕੁਦਰਤੀ ਸੰਵਾਦ ਨੂੰ ਰੂਪ ਮਾਨ ਕਰਦੀ ਸਗਰੇ ਦੀ ਪਹਿਲੀ ਕਹਾਣੀ ਸਤਜੁਗ ਕਹਾਣੀ ਹੋਣ ਤੋਂ ਪਹਿਲਾਂ ਇਸ ਗ੍ਰਹਿ ਦੀਆਂ ਬਾਕੀ ਕਹਾਣੀਆਂ ਦੇ تھیਮਕ ਪਸਾਰ ਦੀ ਨਿਸ਼ਾਨਦੇਹੀ ਕਰਨ ਵਾਲੀ ਭੂਮਿਕਾ ਹੋਣ ਦਾ ਪ੍ਰਭਾਵੀ ਸਿਰਜਦੀ ਹੈ ਇਸ ਭੂਮਿਕਾ ਦੇ ਵਿਸ਼ਲੇਸ਼ਣੀ ਬੋਧ ਅਨੁਸਾਰ ਜੇ ਮਨੁੱਖ ਦੇ ਮਨ ਚ ਸਤਜਗ ਯਾਨੀ ਸੱਚਾ ਆਚਾਰ ਤੇ ਵਿਹਾਰ ਹੋਵੇ ਤਾਂ ਉਹ ਸੁਣ ਆਪਣੇ ਚਾਰ ਚਫੇਰੇ ਹੀ ਸਤਜਗ ਵਿਖਾਈ ਦੇਣ ਲੱਗ ਪੈਂਦਾ ਹੈ ਕੁਦਰਤ ਤੋਂ ਬਾਦ ਕਰ ਉਸ ਦੀਆਂ ਕਹਾਣੀਆਂ ਦਾ ਕੇਂਦਰੀ ਥੀਮ ਹੈ ਸਗਰੇ ਦੀ ਟਾਈਟਲ ਕਹਾਣੀ ਬਾਦਾਮੀ ਰੰਗ ਦੇ ਛਿੱਟੇ ਘਰ ਬਾੜ ਛੱਡ ਕੇ ਲੋਕ ਕਲਿਆਣ ਦੇ ਮਾਰਗ ਤੇ ਤੁਰਨ ਵਾਲੇ ਤਿਆਗੀ ਸਾਧੂਆਂ ਨੂੰ ਸੁਝਾ ਦਿੰਦੀ ਹੈ ਕਿ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਇਹ ਕਾਰਜ ਕਰ ਸਕਦੇ ਨੇ ਕਹਾਣੀ ਦਾ ਮੁੱਖ ਪਾਤਰ ਇੰਦਰ ਆਪਣੀ ਸਵਰਗੀ ਮਾਂ ਤੋਂ ਮਿਲੇ ਵਿਰਾਗਮਈ ਸੰਸਕਾਰਾਂ ਕਾਰਨ ਘਰ ਛੱਡ ਕੇ ਸਾਧੂ ਬਣ ਜਾਂਦਾ ਹੈ ਭਾਵੇਂ 50 ਸਾਲ ਉਹ ਆਪਣੇ ਘਰ ਤੋਂ ਦੂਰ ਰਹਿੰਦਾ ਹੈ ਪਰ ਉਸ ਦੇ ਅਵਚੇਤਨ ਚ ਵਸਿਆ ਘਰ ਉਸ ਨੂੰ ਹਕੀਕੀ ਰੂਪ ਚ ਆਪਣੇ ਨਾਲੋਂ ਟੁੱਟਣ ਨਹੀਂ ਦਿੰਦਾ ਅੱਧੀ ਸਦੀ ਬੀਤ ਜਾਣ ਤੋਂ ਬਾਅਦ ਜਦੋਂ ਉਸ ਦਾ ਆਪਣੇ ਪੋਤੇ ਨਾਲ ਮੇਲ ਹੁੰਦਾ ਤਾਂ ਘਰ ਦੇ ਪਿਆਰ ਜਾਂ ਇਸ ਨੂੰ ਤਿਆਗਣ ਦੇ ਹੱਥ ਵਿਚਲੇ ਦਵੰਧ ਚ ਫਸ ਕੇ ਉਹ ਆਪਣੇ ਆਪ ਨੂੰ ਬਹੁਤ ਬੇਚੈਨ ਹੋਇਆ ਪਾਉਂਦਾ ਹੈ ਅਜਿਹੇ ਸਮੇਂ ਆਪਣੇ ਸ਼ਗਿਰਦ ਜੀ ਮੁਨੀਦੀ ਇਹ ਧਾਰਨਾ ਹੀ ਉਸ ਦੀ ਅਗਵਾਈ ਕਰਦੀ ਹੈ ਕਿ ਮਿੱਠਤ ਤੇ ਸਾਦਨਾ ਦਾ ਸਿਖਰ ਮੁਹੱਬਤੀ ਹੁੰਦੀ ਹੈ ਉਹ ਉਸ ਵੱਲੋਂ ਮਸਤ ਤੁਣ ਚ ਆਪਣੇ ਪੋਤੇ ਦਾ ਮੂੰਹ ਚੁੰਮਣ ਤੇ ਉਸ ਵਿੱਚੋਂ ਕੁਦਰਤ ਦਾ ਅਲਾਹੀ ਰੂਪੇ ਖਨਾਲ ਕਹਾਣੀ ਆਪਣੇ ਉਦੇਸ਼ਾਤਮਕ ਸਿਖਰ ਦੀ ਸਿਰਜਣਾ ਕਰ ਲੈਂਦੀ ਹੈ ਕਹਾਣੀ ਤੀਲੇ ਕਹਾਣੀ ਤੀਜੇ ਆਲੀ ਦੇ ਤੀਲਾ ਔਰਤ ਅੰਦਰਲੀ ਮਕਾਨ ਨੂੰ ਘਰ ਬਣਾਉਣ ਵਾਲੀ ਸਿਰਜਣਾ ਨੂੰ ਉਥੇ ਚਾ ਸਨਮਾਨ ਦਿੰਦੀ ਹੈ ਕਹਾਣੀ ਦੀ ਪਾਤਰ ਕਮਲਾ ਤੇ ਲੇਖਕ ਵਿਸ਼ਨਵ ਵੱਲੋਂ ਬਣਾਇਆ ਉਹਨਾਂ ਦੇ ਸੁਪਣਿਆਂ ਦੇ ਹਾਨ ਦਾ ਘਰ ਜਦੋਂ ਨਵੇਂ ਯੁੱਗ ਦੀ ਪ੍ਰਤੀਨਿਧਤਾ ਕਰਦੇ ਨੂੰ ਪੁੱਤਦੀਆਂ ਵਿਅਕਤੀਗਤ ਤਰਜੀਹਾਂ ਕਾਰਨ ਟੁੱਟਣ ਲੱਗਦਾ ਹੈ ਉਹ ਬਜ਼ੁਰਗਾਂ ਦੀ ਸੰਭਾਲ ਕਰਨ ਵਾਲੇ ਆਸ਼ਰਮ 'ਚ ਆਪਣਾ ਨਵਾਂ ਵਸੀਬਾ ਕਰ ਲੈਂਦੇ ਨੇ ਆਸ਼ਰਮ ਵਿਚਲੇ ਇਸ ਵਸੀਬੇ ਦੌਰਾਨ ਜਦੋਂ ਉਹ ਮੋਹ ਪਿਆਰ ਸੇਵਾ ਤੇ ਸਮਰਪਣ ਰੂਪੀ ਤੀਲਾਂ ਇਕੱਠੀਆਂ ਕਰਕੇ ਫਿਰ ਤੋਂ ਨਵੇਂ ਘਰ ਦਾ ਸੰਕਲਪ ਉਸਾਰ ਲੈਂਦੇ ਨੇ ਤਾਂ ਕਹਾਣੀਆਂ ਦਾ ਪਾਤਰ ਬਲਦੇਵ ਸਿੰਘ ਇਹ ਕਹਿਣ ਲਈ پابੰਦ ਹੋ ਜਾਂਦਾ ਹੈ ਕਿ ਕਮਲਾ ਵਰਗੀਆਂ ਜਨਾਨੀਆਂ ਤਾਂ ਕਿਸੇ ਉਜਾਰਚ ਵੀ ਹਸਤਾ ਵਸਦਾ ਕਰ ਬਣਾ ਲੈਂਦੀਆਂ ਨੇ ਕਹਾਣੀ ਲੈਟਰ ਬਾਕਸ ਖਾਲੀ ਨਹੀਂ ਦੀ ਭਾਵਨਾਤਮਕ ਅਪੀਲ ਇਹ ਪ੍ਰਭਾਵ ਸਿਰਜਦੀ ਹੈ ਕਿ ਘਰ ਤੋਂ ਟੁੱਟ ਕੇ ਹਾਸਲ ਕੀਤੀ ਸਫਲਤਾ ਮਨੁੱਖ ਨੂੰ ਉਹ ਮਾਨਸਿਕ ਸਕੂਨ ਨਹੀਂ ਦੇ ਸਕਦੀ ਜੋ ਉਸ ਨੂੰ ਘਰ ਨਾਲ ਦੁਬਾਰਾ ਜੁੜ ਕੇ ਮਿਲ ਸਕਦਾ ਹੈ। ਇਹ ਸੱਤ ਤੋਂ ਜਾਣੂ ਕਹਾਣੀ ਦਾ ਪਾਤਰ ਅਰਜੁਨ ਆਖਦਾ ਹੈ। ਸੰਜੂ ਵੈਸੇ ਤੈਨੂੰ ਕਿਨੇ ਸਿਖਾਇਆ ਹੈ ਬਈ ਤਲਾਕ ਤੋਂ ਬਾਅਦ ਰਿਸ਼ਤੇ ਮੰਨ ਤੋਂ ਵੀ ਟੁੱਟ ਜਾਂਦੇ ਨੇ। ਅਰਜਨ ਵੱਲੋਂ ਆਪਣੀ ਤਲਾਕशुदा ਪਤਨੀ ਨੂੰ ਲਿਖੀ ਭਾਵਨਾਤਮਕ ਅਪੀਲ ਵਾਲੀ ਚਿੱਠੀ ਉਸ ਦੇ ਕੋਲ ਪਹੁੰਚਣ ਤੋਂ ਪਹਿਲਾਂ ਕਹਾਣੀ ਦੇ ਮੁੱਖ ਪਾਤਰ ਰਿੱਤਲ ਸ਼ਰਮਾ ਦੀ ਸੋਚ ਨੂੰ ਬਦਲ ਦਿੰਦੀ ਹੈ ਤਾਂ ਪਰਿਵਾਰਕ ਰਿਸ਼ਤਿਆਂ ਦੀ अहमियत ਵੀ ਹੋਰ ਵੱਧ ਜਾਂਦੀ ਹੈ ਕਹਾਣੀ ਵਿਰਲ ਅਨੁਸਾਰ ਜੇ ਪਤੀ ਪਤਨੀ ਦੇ ਰਿਸ਼ਤੇ 'ਚ ਕਿਸੇ ਕਾਰਨ ਵਿਚਾਰਧਾਰਕ ਵਿਰਲ ਪੈ ਜਾਵੇ ਤਾਂ ਘਰ ਟੁੱਟਣ ਦੇ ਕਿਨਾਰੇ ਪਹੁੰਚ ਜਾਂਦਾ ਹੈ ਕਹਾਣੀ ਦੀ ਪਾਤਰ ਸ਼ਿਖਾ ਤੇ ਕਨਾਲ ਦੇ ਰਿਸ਼ਤੇ 'ਚ ਇਹ ਵਿਰਲ ਉਸ ਵੇਲੇ ਹੁੰਦੀ ਹੈ ਜਦੋਂ ਕਨਾਲ ਸ਼ਿਖਾ ਨੂੰ ਉਸ ਦੀ ਮਰਜ਼ੀ ਤੋਂ ਉਲਟ ਉਸ ਦੇ ਪੇਟ ਵਿੱਚਲਾ ਬੱਚਾ ਗਰਾਉਣ ਲਈ ਉਸ ਨੂੰ ਮਜਬੂਰ ਕਰਦਾ ਹੈ ਸ਼ਿਖਾ ਇਸ ਸਮੱਸਿਆ ਦਾ ਮਨੋਵਿਗਿਆਨਕ ਹੱਲ ਤਲਾਸ਼ ਕਰਨ ਦੀ ਬਜਾਏ ਆਪਣੇ ਪਤੀ ਨੂੰ ਬੱਚੇ ਦਾ ਕਾਤਲ ਸਿੱਧ ਕਰਨ ਦਾ ਰਾਹ ਫੜ ਲੈਂਦੀ ਹੈ ਤਾਂ ਕਨਾਲ ਵੀ ਆਪਣੀ ਗਲਤੀ ਨੂੰ ਸਵੀਕਾਰਨ ਦੀ ਬਜਾਏ ਜਬਰ ਜ਼ੁਲਮ ਦੀ ਨੀਤੀ ਰਹੀਂ ਉਸ ਨੂੰ ਦਬਾਉਣ ਦੇ ਰਾਹ ਤੇ ਤੁਰ ਪੈਂਦਾ ਹੈ ਦੋਹਾਂ ਦੇ ਸਬੰਧਾਂ 'ਚ ਬਣੀ ਵਿਰਲ ਚ ਰੂਬੀ ਤੇ ਕਤਰ ਆਪਣੀ ਥਾਂ ਬਣਾਉਣ ਲੱਗਦੇ ਨੇ ਤਾਂ ਛੇਤੀ ਹੀ ਉਹਨਾਂ ਨੂੰ ਇਸ ਕਰਦਾ ਅਹਿਸਾਸ ਹੋ ਜਾਂਦਾ ਹੈ ਕਿ ਰਿਸ਼ਤਿਆਂ 'ਚ ਪਈਆਂ ਵਿਰਲਾ ਸਿਰ ਮਹੱਬਤ ਨਾਲ ਹੀ ਭਰੀਆਂ ਜਾ ਸਕਦੀਆਂ ਨੇ ਦੋਸਤੋ ਕਹਾਣੀ ਸੁੱਕੇ ਪੱਤੇ ਕੰਬਦੇ ਬੂਟ ਦੇ ਪਾਤਰ ਤੁਲਸੀ ਭਾਵੇਂ ਆਪਣੇ ਸ਼ਰਾਬੀ ਘੁਆਬੀ ਪਤੀ ਨੂੰ ਪਰਮੇਸ਼ਵਰ ਹੋਣ ਦਾ ਦਰਜਾ ਨਹੀਂ ਦਿੰਦੀ ਪਰ ਆਪਣੇ ਬੱਚਾਂ ਰੂਪੀ ਬੋਟਾਂ ਦੇ ਭਵਿੱਖ ਦਾ ਫਿਕਰ ਉਸ ਨੂੰ ਆਪਣੇ ਘਰ ਨਾਲ ਜੋੜੀ ਰੱਖਦਾ ਹੈ ਕਹਾਣੀ ਪਤਨੀਆਂ ਇਸ ਮਨੋਵਿਗਿਆਨਕ ਸਚਾਈ ਨੂੰ ਉਜਾਗਰ ਕਰਦੀ ਹੈ ਕਿ ਪਤੀ ਦੀ mohabbat ਤੇ ਆਪਣਾ ਇਕਾ ਅਧਿਕਾਰ ਬਣਾਈ ਰੱਖਣ ਦੀ ਭਾਵਨਾ ਹਰ ਪਤਨੀ ਦੇ ਸੁਭਾਅ ਦੀ ਮੂਲ ਪਛਾਣ ਹੁੰਦੀ ਹੈ ਕਬਜ਼ੇ ਵਰਗੀਆਂ ਭਾਵਨਾ ਉਸ ਅੰਦਰ ਬੇਵਿਸ਼ਵਾਸੀ ਵੀ ਪੈਦਾ ਕਰਦੀ ਹੈ ਤੇ ਉਸ ਨੂੰ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਬਣਾਉਂਦੀ ਹੈ ਕਹਾਣੀ ਇਹ ਕਹਾਣੀ ਸਦੀ ਸਦੀ ਫਿਲਮੀ ਜਗਤ ਦੇ ਕੁਝ ਜਾਉਂਦੇ ਲੋਕਾਂ ਨੂੰ ਉਹਨਾਂ ਦੇ ਅਸਲ ਨਾਮਾਂ ਸਮੇਤ ਆਪਣੇ ਪਾਤਰ ਬਣਾਉਂਦੇ ਆ ਹਕੀਕੀ ਤੇ ਫਿਲਮੀ ਜੀਵਨ ਵਿਚਲੇ ਫਰਕ ਨੂੰ ਦਰਸਾਉਂਦੀ ਹੈ ਸੁਪਰ ਹਿੱਟ ਫਿਲਮ ਬੌਬੀ ਦੀ ਨਾਇਕਾ ਡਿੰਪਲ ਕਬਾੜੀਆ ਦੇ ਜੀਵਨ ਤੋਂ ਪਾਠਕ ਜਾਣ ਸਕਦੇ ਨੇ ਕਿ ਫਿਲਮੀ ਦੁਨੀਆ ਔਰਤ ਦੀ ਸੁੰਦਰਤਾ ਨੂੰ ਕਿਵੇਂ ਕੈਸ਼ ਕਰਾਉਂਦੀ ਹੈ ਤੇ ਇਸ ਸਮੇਂ ਔਰਤ ਨੂੰ ਕਿਹੋ ਜਿਹੇ ਅੰਤਰ ਦਵੰਧਾਂ ਚੋਂ ਲੰਘਣਾ ਪੈਂਦਾ ਜੇ ਡਿੰਪਲ ਆਪਣੇ ਸਮੇਂ ਦੀ ਸਭ ਤੋਂ ਖੂਬਸੂਰਤ ਅਭੇਤਰੀ ਨਰਗਸ ਦੀ ਖੂਬਸੂਰਤੀ ਦਾ ਬ੍ਰਾਂਡ ਬਣਦੀ ਹੈ ਤਾਂ ਉਸ ਦੀ ਬੇਟੀ ਟਵਿੰਕਲ ਖੰਨਾ ਦੀ ਖੂਬਸੂਰਤੀ ਉਸ ਨੂੰ ਆਪਣੀ ਮਾਂ ਦੇ ਬ੍ਰਾਂਡ ਵੱਜੋਂ ਉਭਾਰਦੀ ਹੈ ਇਸ ਤਰ੍ਹਾਂ ਇੱਕ ਕਹਾਣੀ ਅੱਗੇ ਤੋਂ ਅੱਗੇ ਤੁਰਦੀ ਜਾਂਦੀ ਹੈ ਕਹਾਣੀ ਸੱਚੀ ਮੁੱਚੀ ਦਾ ਬਚਪਨ ਉਮਰ ਦੇ ਬਚਪਨ ਕਾਲ ਦੇ ਹਿੱਸੇ ਆਉਂਦੀ ਮਸੂਮੀਅਤ ਨੂੰ ਜੀਵਨ ਦੇ ਕੀਮਤੀ ਸ਼ਰਮਾਇਆ ਵਜੋਂ ਪੇਸ਼ ਕਰਦੀ ਹੈ ਤੇ ਇਸ ਦੀ ਉਮਰ ਪਰ ਸੰਭਾਲ ਕਰਨ ਦੀ ਲੋਨ ਨੂੰ ਵੀ ਭਾਰਦੀ ਹੈ ਕਹਾਣੀ ਅਨੁਸਾਰ ਜੇ ਕਿਸੇ ਉਮਰ ਦਾ ਆਦ ਮਨੁੱਖ ਅੰਦਰ ਬਚਪਨ ਜਾਂਦਾ ਤਾਂ ਜੀਵਨ ਦੀਆਂ ਖੁਸ਼ੀਆਂ ਉਸ ਨੂੰ ਮੂੰਹ ਨਹੀਂ ਮੋੜ ਸਕਦੀਆਂ ਕਹਾਣੀ ਮੁਰਝਾਏ ਫੁੱਲਾਂ ਦਾ ਗੁਲਦਸਤਾ ਪਿਆਰ ਭਾਵਨਾਵਾਂ ਦੇ ਇਜ਼ਹਾਰ ਵਿੱਚਲੀ ਮਾਸੂਮੀਅਤ ਤੇ ਨਿਰਛਲਤਾ ਨੂੰ ਵਿਸ਼ੇਸ਼ ਸਨਮਾਨ ਦਿੰਦੀ ਹੈ ਕਹਾਣੀ ਦੀ ਪਾਤਰ ਰਹਿਤਪ੍ਰੀਤ ਕੌਰ ਨੂੰ ਜਦੋਂ ਮੌਤ ਬਾਅਦ ਪਤਾ ਚੱਲਦਾ ਹੈ ਕਿ ਉਸ ਦੀ ਅੱਲੜ ਉਮਰ ਸਮੇਂ ਕਿਸੇ ਕੁੜੀ ਦੇ ਹੱਥ ਭੇਜਿਆ ਗੁਲਦਸਤਾ ਪਿੰਡ ਦੇ ਹੀ ਇੱਕ ਮੁੰਡੇ ਦੀ ਮਾਸੂਮ ਮੁਹੱਬਤ ਦੀ ਨਿਸ਼ਾਨੀ ਹੈ ਤਾਂ ਗੁਰਦਸਤੇ ਦੇ ਮਰਜਾਇ ਫੁਲ ਵੀ ਉਸ ਦੇ ਬੁੱਲਾਂ ਤੇ ਮਿੱਠੀ ਮੁਸਕਰਾਟ ਤੇ ਅੱਖਾਂ ਚ ਹੰਝੂ ਲੈ ਆਉਂਦੇ ਨੇ 200 ਅਮਰ ਅਮਨ ਗੁਰਲਾਲ ਦੀਆਂ ਕਹਾਣੀਆਂ ਟੁੱਟੇ ਤੇ ਟਿੜਕੇ ਹੋਏ ਮਨੁੱਖੀ ਰਿਸ਼ਤਿਆਂ ਦੀ ਪੁਨਰ ਉਸਾਰੀ ਕਰਨ ਵਾਲੀਆਂ ਨੇ ਇਨ੍ਹਾਂ ਕਹਾਣੀਆਂ ਵਿਚਲੀ ਮਹਾਨਗਰੀ ਚੇਤਨਾ ਮਨੁੱਖੀ ਜੀਵਨ ਦੇ ਬਹੁਤ ਸਾਰੇ ਨਵੇਂ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀ ਹੈ। ਹਿੰਦੂ ਸੰਸਕ੍ਰਿਤੀ ਦੇ ਵੇਰਵੇ ਪੰਜਾਬੀ ਕਹਾਣੀ 'ਚ ਬਹੁਤ ਘੱਟ ਪਾਏ ਜਾਂਦੇ ਨੇ ਤੇ ਇਹ ਕਹਾਣੀ ਸਗਰ ਇਹਸ ਘਾਟ ਨੂੰ ਪੂਰਾ ਕਰਨ 'ਚ ਵੀ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ। ਕੁਝ ਕਹਾਣੀਆਂ ਵਿਚਲੀ ਬੌਧਿਕਤਾ ਪਾਠਕਾਂ ਨੂੰ ਥੋੜਾ ਅਸਹਿਜ ਵੀ ਕਰਦੀ ਹੈ ਭਾਵੇਂ ਵਿਦੇਸ਼ ਦੇ ਮਹਾਨਗਰਾਂ 'ਚ ਰਹਿੰਦੇ ਲੋਕਾਂ ਦੀ ਆਪਸੀ ਗੱਲਬਾਤ 'ਚ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਦੀ ਮਿਲਾਵਟ ਸੁਭਾਵਿਕਤਾ ਦੇ दायरे 'ਚ ਆਉਂਦੀ ਹੈ ਪਰ ਜੇ ਕਹਾਣੀਕਾਰ ਬਹੁਗਿਣਤੀ ਪੰਜਾਬੀਆਂ ਵੱਲੋਂ ਆਮ ਤੌਰ ਤੇ ਨਾ ਬੋਲੇ ਜਾਣ ਵਾਲੇ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਦਾ ਟੁਕਮਾ ਪੰਜਾਬੀ ਬਦਲ ਲਬਲਵੇ ਤਾਂ ਕਹਾਣੀਆਂ ਦੀ ਸੰਚਾਰਕ ਸਮਰੱਥਾ ਹੋਰ ਵੱਧ ਸਕਦੀ ਹੈ। ਦੋਸਤੋ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀ ਇਸ ਪੁਸਤਕ ਦੇ ਪੰਨੇ 174 ਤੇ ਮੁੱਲ 295 ਰੁਪਏ ਹੈ।